ਫਾਈਨਲੀ ਪਹੁੰਚ ਚੁੱਕੇ ਹਾਂ ਜੀ ਚੰਡੀਗੜ੍ਹ। ਰਾਹ ਦੇ ਵਿੱਚ ਬਹੁਤ ਮੀਂਹ ਸੀ, ਬਾਰਿਸ਼, ਹਨੇਰੀ, ਬਹੁਤ ਜ਼ਿਆਦਾ, ਸੋ ਬਹੁਤ ਜ਼ਿਆਦਾ ਥੱਕ ਚੁੱਕੇ ਨੇ। ਸੋ ਹੁਣ ਕੁਛ ਖਾ ਪੀ ਕੇ ਅਤੇ ਰੇਟੀਆਂ ਮਾਰਦੇ ਹਾਂ, ਆਉਂਦੇ ਹਾਂ। ਕੋਈ ਹੈ ਨਹੀਂ ਹੈ ਜੀ, ਕੋਈ ਆਇਆ ਨੰਬਰ ਫਿਰੋਂ ਜਾਂ ਕੁਛ, ਬਹੁਤ ਲੱਗਿਆ ਆਇਆ। ਸੋ ਹੁਣ ਸੌਣਾਂਗੇ ਅਸੀਂ ਥੱਕ ਗਏ। ਗੁੱਡ ਮਾਰਨਿੰਗ ਟੂ ਆਲ। ਨੀਂਦ ਪੂਰੀ ਨਹੀਂ ਹੋਈ ਹਲੇ ਤੱਕ, ਹੋ ਗਈ ਯਾਰ? ਹੈ ਕਿੰਨੇ ਵਜੇ ਸੁੱਤੇ ਆਪਾਂ? ਸਾਢੇ ਪੰਜ ਸਾਢੇ ਪੰਜ ਵਜੇ ਸਵੇਰੇ ਉੱਠ ਨੀਂਦ ਨਹੀਂ ਨਾ। ਸੋ ਅੱਖਾਂ 'ਚ ਤੁਸੀਂ ਦੇਖ ਸਕਦੇ, ਅੱਖਾਂ ਵਿੱਚ ਰੜਕੇ ਕਵਾਰੀ ਨੀਂਦ ਰੜਕੇ ਵੀਰੇ। ਸੋ ਹੁਣ ਚੱਲੇ ਹਾਂ ਜੀ ਬਾਹਰ ਹੋਟਲ ਤੋਂ ਚੰਡੀਗੜ੍ਹ, ਰੈਡੀ ਸ਼ਰੀ ਹੋ ਗਏ। ਸੋ ਘੁੰਮਣ ਚੱਲਦੇ ਹਾਂ, ਅੱਜ ਮਿਲਦੇ। ਜੇ ਚੰਡੀਗੜ੍ਹ ਆਏ ਤਾਂ ਸਿਟਕੋ ਗੇੜੀ ਰੋਡ ਨਹੀਂ ਆਏ ਤਾਂ ਸਮਝ ਲਓ ਚੰਡੀਗੜ੍ਹ ਨਹੀਂ ਆਏ ਤੁਸੀਂ, ਹੈ ਨਾ ਭਾਜੀ? ਇਹੀ ਗੱਲ ਹੈ ਨਾ। ਕੈਮਰਾ ਆਈ ਹੋ? ਹੈਂ ਕੈਮਰਾ ਮੈਂ ਛੋਕ ਰਿਹਾ, ਮੈਨੇ ਕੱਟ ਤਾਂ ਲਿਆ, ਮੈਂ ਕਿਹਾ ਇੱਧਰ ਤੱਕ ਪੈ ਜਾ। ਸਹੀ ਆ। ਸੋ ਦੋ ਚਾਰ ਕਲਿੱਕ ਮਾਰੀਏ ਗੇੜੀ ਰੋਡ ਦੇ। ਕਈ ਮੁੰਡੇ ਯਾਰ ਉੱਤੇ ਚੜੇ ਹੁੰਦੇ ਕਈ ਵਾਰੀ, ਡੰਡੇ ਹੀ ਪਵਾਂ ਯਾਰ ਪਏ ਆ। ਹਾਂ ਜਦੋਂ ਪੁਲਿਸ ਹੁੰਦੇ ਡੰਡੇ ਡੁੰਡੇ ਮਾਰਦੇ ਹੋਣੇ, ਹੈ ਨਾ? ਸਹੀ ਆ। ਗੇੜੀ ਰੂਟ ਮੌਸਮ ਹੋ ਗਿਆ ਘੈਂਟ, ਬੱਦਲ ਫਿਰ ਆ ਗਿਆ ਹੋਇਆ ਹੈ। ਮੇਰੀ ਜ਼ਿੰਦਗੀ 'ਚ ਗ੍ਰਹਿਣ ਬਣੇ ਹੋਏ ਆ ਕੱਲ੍ਹ ਤੋਂ ਬੱਦਲ। ਕੱਲ੍ਹ ਮੈਂ ਅੰਮ੍ਰਿਤਸਰ ਤੋਂ ਨਿਕਲਿਆ ਸੀ ਤਕਰੀਬਨ 6 ਵਜੇ ਅਤੇ ਰਾਤ 12 ਵਜੇ ਤੱਕ ਮੀਂਹ ਪੈਂਦਾ ਰਿਹਾ। ਸੋ ਫਿਰ ਆ ਦੇਖੋ ਫਿਰ ਸਟਾਰਟ ਹੋ ਗਿਆ ਨਿੱਕੀਆਂ ਨਿੱਕੀਆਂ ਬਾਰਿਸ਼ ਚੰਡੀਗੜ੍ਹ। ਬਾਬਾ ਜੀ ਕੀ ਕਰੀ ਜਾਂਦੇ ਯਾਰ, ਮੈਨੂੰ ਦੱਸੋ ਧੱਕਾ ਕੋਈ? ਕੱਲ੍ਹ ਤੋਂ ਯਾਰ ਮੀਂਹ ਦਾ ਮੀਂਹ ਅਤੇ ਮੀਂਹ ਆਈ ਜਾ ਰਿਹਾ, ਹੁਣ ਕੀ ਕਰੀਏ? ਸੋ ਦੋ ਚਾਰ ਕਲਿੱਕ ਕੀਤੇ ਨੇ, ਸੋ ਅਪਡੇਟ ਕਰਤੇ ਹੋਏ ਨੇ, ਤੁਸੀਂ ਦੇਖ ਸਕਦੇ ਇੰਸਟਾਗ੍ਰਾਮ 'ਤੇ ਜਾ ਕੇ BIRRAMGARHIA ਇੰਸਟਾਗ੍ਰਾਮ ID ਹੈ। ਸੋ ਜਿਹਨੇ ਫੋਲੋ ਨਹੀਂ ਕੀਤਾ ਸੋ ਫੋਲੋ ਕਰ ਲਓ ਇੰਸਟਾਗ੍ਰਾਮ 'ਤੇ, ਸੋ ਡੇਲੀ ਅਪਡੇਟਸ ਲਈ, ਕਿਉਂਕਿ ਵਲੋਗ ਤਾਂ 2-3 ਦਿਨ ਬਾਅਦ ਹੁੰਦਾ। ਸੋ ਜਲਦੀ ਜਾ ਕੇ ਦੇਖੋ ਅਤੇ ਫੋਲੋ ਕਰੋ। ਅਤੇ ਹੁਣ ਚੱਲੇ ਅਸੀਂ ਇਲਾਂਟੇ, ਸੋ ਆ ਜਾਓ ਇਲਾਂਟੇ ਮਿਲਦੇ ਹਾਂ। ਚੱਲੀਏ ਭਾਈ, ਆ ਜਾਓ ਇਲਾਂਟੇ ਚੱਲੀਏ। ਸੋ ਆ ਜਾਓ ਇਲਾਂਟੇ ਮਿਲਦੇ ਹਾਂ ਅੱਜ। ਸਤਿੰਦਰ ਭਾਈ ਦਾ ਫਰੈਂਡ ਮਿਲ ਗਿਆ, ਮਿੰਨੀ ਕੂਪਰ ਏਜੰਸੀ 'ਚ ਲੱਗਾ ਸੋ ਰਿਸੈਪਸ਼ਨ 'ਤੇ। ਸੋ ਉਹਨੇ ਅਲਾਓ ਕਰਤਾ ਕਿ ਚਲੋ ਤੁਸੀਂ ਫੋਟੋ ਖਿੱਚ ਸਕਦੇ ਜੀ। ਸੋ ਹੁਣ ਅੰਦਰ ਖਿੱਚ ਆਏ ਹਾਂ, ਸੋ ਹੁਣ ਖਿੱਚਦੇ ਹਾਂ ਇੱਥੇ ਬਾਹਰ। ਸੋ ਇਹ ਹੁੰਦਾ ਫਾਇਦਾ ਵਾਕਵੀ ਦਾ, ਮਿੰਨੀ ਕੂਪਰ 'ਚ ਯਾਰ ਸਾਡਾ ਲੱਗਾ ਇਹਨਾਂ ਦਾ ਫਰੈਂਡ। ਤੁਹਾਨੂੰ ਦੱਸਿਆ ਨਹੀਂ ਯਾਰ ਤੁਸੀਂ? ਵਾਧੂ ਨੇ ਆਪਣੇ ਬੰਦੇ ਇਲਾਂਟੇ। ਸੋ
ਚਿਹਰੇ ਜਗ ਰਹੇ ਨੇ, ਸੋਹਣੀ ਸੋਹਣੀ ਹੁਣ ਫੋਟੋ ਆਊਗੀ। ਸੋ ਫੋਟੋ ਤੋਂ ਜ਼ਿਆਦਾ ਖੁਸ਼ੀ ਕੋਈ ਵੀ ਨਹੀਂ ਹੈਗੀ। ਸੋ ਦੇਖ ਲਓ ਕੀ ਕੁਛ ਕੈਰੀ ਕਰਨਾ ਪੈ ਰਿਹਾ, ਲੈਪਟੋਪ, ਕੈਮਰਾ, ਕੈਮਰਾ ਬਹੁਤ ਭਾਰੀ 1DX ਘੱਟੋ ਘੱਟ ਨਹੀਂ ਤਾਂ 2-3 ਕਿਲੋ ਦਾ ਕੈਮਰਾ ਹੀ ਹੋਣਾ ਹੈ ਨਾ ਜਿੰਦਰ ਵੀਰ, 2-3 ਕਿਲੋ ਦਾ ਕੈਮਰਾ ਹੋਊਗਾ ਹੈ ਨਾ। ਅਤੇ ਸਭ ਤੋਂ ਭਾਰੀ ਚੀਜ਼ ਜਿਹੜੀ ਸਾਡੇ ਕੋਲ ਹੈਗੀ ਉਹ ਭਾਜੀ ਹੁਣ ਕੈਰੀ ਕੀਤੀ ਸਾਡੇ ਜਸਵੀਰ ਭਾਈ ਨੇ, ਭਾਈ ਦਿਖਾਇਓ ਸਭ ਤੋਂ ਭਾਰੀ ਚੀਜ਼ ਇਹਨਾਂ ਕੈਰੀ ਕੀਤੀ ਹੋਈ ਆ ਹੈ ਨਾ, ਸਭ ਤੋਂ ਭਾਰੀ ਦੇਖ ਲਓ ਲਾ ਲਓ ਆਪਣਾ 2-3 ਟਨ ਦੀ ਤਾਂ ਹੋਣੀ ਹੈ ਚਾਬੀ ਹੈ। ਹਾਂ 2-3 ਟਨ ਦੀ ਗੱਡੀ ਦੀ ਚਾਬੀ ਹੈ ਵੀਰੇ, ਬਿਲਕੁਲ ਬਿਲਕੁਲ ਬਿਲਕੁਲ, ਇੰਨੀ ਵੱਡੀ ਗੱਡੀ ਸਾਹਮਣੇ। ਇਹ ਬਲੇਜ਼ਰ ਦਿੱਤਾ ਹੈ ਜੀ, ਸਪੋਂਸਰ ਹੋਇਆ ਹੈ ਵਿੰਟੇਜ ਔਨਲਾਈਨ, ਐਮਾਜ਼ੋਨ 'ਤੇ ਉਹਨਾਂ ਦਾ ਸਟੋਰ ਹੈ। ਸੋ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ, ਖਰੀਦ ਸਕਦੇ ਹੋ। ਸੋ ਮੈਨੂੰ ਰੈਫਰ ਕਰੋਗੇ ਅਤੇ ਸਮਝ ਗਏ ਡਿਸਕਾਊਂਟ ਮਿਲ ਸਕਦਾ। ਸੋ ਦੇਖ ਸਕਦੇ ਬਲੇਜ਼ਰ ਬਹੁਤ ਹੀ ਘੈਂਟ, ਵਿਦਿਨ ਮੈਨੂੰ 3 ਡੇਜ਼ ਦੇ ਵਿੱਚ ਸਟਿਚ ਹੋ ਕੇ ਮੇਰੇ ਕੋਲ ਆ ਗਿਆ ਸੀ। ਸੋ ਹੁਣ ਥੋੜ੍ਹੇ ਬਹੁਤ ਕਲਿੱਕ ਮਾਰਦੇ ਬਲੇਜ਼ਰ ਨਾਲ। ਸੋ ਕਮੈਂਟ ਕਰਕੇ ਦੱਸਿਓ ਕਲਰ ਕਿਹੋ ਜਿਹਾ ਬਲੇਜ਼ਰ ਦਾ, ਅਤੇ ਮੈਚਿੰਗਾਂ ਕਿਹੋ ਜਿਹੀਆਂ ਪੱਗ ਦੀਆਂ, ਸੋ ਸ਼ੂਜ਼ ਦੀਆਂ, ਵਾਈਟ ਜੀਨ। ਇੱਕ ਗੱਲ ਦੱਸੂੰਗਾ ਕਿ ਮੈਂ ਪਹਿਲੀ ਵਾਰੀ ਵਾਈਟ ਪੱਗ ਅਤੇ ਵਾਈਟ ਪੈਂਟ ਵੇਅਰ ਕੀਤੀ ਆ। ਸੋ ਕਮੈਂਟ ਕਰਕੇ ਦੱਸਿਓ ਕਿਹੋ ਜਿਹੀ ਲੱਗੀ ਵਾਈਟ ਪੈਂਟ ਅਤੇ ਵਾਈਟ ਪੱਗ। ਸੋ ਜਿਹਨੇ ਜਿਹਨੇ ਬਲੇਜ਼ਰ ਬਾਏ ਕਰਨਾ ਹੈ, ਸੋ ਵਿੰਟੇਜ ਔਨਲਾਈਨ ਇੰਸਟਾਗ੍ਰਾਮ 'ਤੇ ਐਂਡ ਐਮਾਜ਼ੋਨ 'ਤੇ ਵਿੰਟੇਜ ਔਨਲਾਈਨ ਬਲੇਜ਼ਰ, ਸੋ ਸਰਚ ਕਰ ਸਕਦੇ ਹੋ, ਲਿੰਕ ਇਨ ਡਿਸਕ੍ਰਿਪਸ਼ਨ ਬਿਲੋ। ਸੋ ਦੇਖ ਸਕਦੇ ਤੁਸੀਂ। ਚੰਡੀਗੜ੍ਹ ਮੈਂ ਇਸੇ ਕਰਕੇ ਆਇਆ ਸੀ ਕਿ ਮੈਂ ਵੀ ਭਾਈ ਤੁਹਾਨੂੰ ਮਿਲਣਾ। ਸੋ ਉਹਨਾਂ ਵੱਲ ਅੱਜ ਟਾਈਮ ਹੈ, ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ, ਕੁਛ ਨਾ ਕੁਛ ਕੁਛ ਅੱਗੇ ਕੁਛ ਨਵਾਂ ਲੈ ਗਿਆ। ਸੋ ਆ ਗਏ ਮੈਂਡੀ ਭਾਈ। ਮੈਂਡੀ ਭਾਈ ਕੀ ਹਾਲ ਚਾਲ? ਸੋ ਹੁਣ ਮੈਂਡੀ ਭਾਈ ਰੈਡੀ ਹੋ ਚੁੱਕੇ ਨੇ, ਸੋ ਮੈਂ ਵੀ ਵੇਅਰ ਕਰ ਲੈਣਾ ਬਲੇਜ਼ਰ ਲੈ ਕੇ ਆਇਆ ਮੈਂ ਫੋਰਮਲ ਸੂਟ, ਅਤੇ ਡਰੈਸ ਕੋਡ ਹੈਗਾ ਫੋਰਮਲ। ਸੋ ਅਸੀਂ ਚੱਲਦੇ ਕਿਤੇ ਪਾਰਟੀ 'ਤੇ, ਫੰਕਸ਼ਨ ਆ ਕੋਈ ਮਿਲਣੀ ਮੈਂਡੀ ਭਾਈ ਦੇ। ਸੋ ਉੱਥੇ ਜਾ ਕੇ ਭੁੱਖ ਬਹੁਤ ਲੱਗੀ ਆ, ਪਿਆਸ ਬਹੁਤ ਲੱਗੀ ਕੁਛ ਖਾਣੇ ਪੀਣੇ ਰਾਹ ਵਿੱਚ। ਸੋ ਫਿਰ ਰੈਸਟ ਕਰਾਂਗੇ ਕਿਉਂਕਿ ਸਵੇਰ ਦੇ 5 ਵਜੇ ਦੇ ਉੱਠੇ ਹੋਏ ਹਾਂ, 5 ਵਜੇ ਦੇ ਉੱਠ ਕੇ ਅਤੇ ਫਿਰ ਪੱਗ ਬੰਨੀ 5 ਵਜੇ ਦੀ। ਸੋ ਫਿਰ ਭੀੜ ਬਹੁਤ ਕਰਦੇ ਹਾਂ, ਸੋ ਮਿਲਦੇ ਹਾਂ ਕੱਲ੍ਹ, ਕੱਲ੍ਹ ਦਾ ਦਿਨ ਅਸੀਂ ਉੱਥੇ ਅਗਲੇ ਬਲੋਗ 'ਚ। ਬਾਏ, ਟੇਕ ਕੇਅਰ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਲੀ ਵੀਡੀਓ ਵੇਖਣ ਲਈ। ਸਬਸਕ੍ਰਾਈਬ।